ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋਡ ਮੇਰੇ ਕੋਲ ਇੰਸਟਾਗ੍ਰam ਤੇ ਕਾਫੀ ਸਵਾਲ ਆ ਰਹੇ ਨੇ ਕਿ ਸਰ ਪੰਜਾਬ ਪੁਲਿਸ ਕਾਂਸਟੇਬਲ ਦੀ ਜਿਹੜੀ ਨਵੀਂ ਭਰਤੀ ਆਣੀ ਸੀ ਉਸ ਦਾ ਕੀ ਬਣਿਆ ਮਤਲਬ ਇਹ ਭਰਤੀ ਹੁਣ ਆਵੇਗੀ ਜਾਂ ਨਹੀਂ ਆਵੇਗੀ ਦੇਖੋ ਹਲੇ ਕੋਈ ਆਫੀਸ਼ਲ ਨੋਟੀਫਿਕੇਸ਼ਨ ਨਹੀਂ ਆਇਆ ਬਟ ਮਾਰਚ 2022 ਵਿੱਚ ਇੱਕ ਭਗਵੰਤ ਮਾਨ ਨੂੰ ਵੱਲੋਂ ਆਪਣੇ ਸੋਸ਼ਲ ਮੀਡੀਆ ਜਿਹੜੇ ਵੀ ਆਫੀਸ਼ੀਅਲਸ ਅਕਾਊਂਟ ਨੇ ਸੋਸ਼ਲ ਮੀਡੀਆ ਦੇ ਉਹਨਾਂ ਤੇ ਨਿਊਜ਼ ਜਾਰੀ ਕੀਤੀ ਸੀ ਐਂਡ ਇੱਕ ਪੀਡੀਐਫ ਸੋਰੀ ਕੋ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਸੀ ਉਹਨਾਂ ਨੇ ਆਪਣੇ ਜਿਹੜੇ ਸੋਸ਼ਲ ਮੀਡੀਆ ਫੇਸਬੁਕ ਇੰਸਟਾ ਕੀ ਆਉਣ ਵਾਲੇ ਟਾਈਮ ਵਿੱਚ ਪੰਜਾਬ ਪੁਲਿਸ ਵਿੱਚ 10000 ਭਰਤੀਆਂ ਦੀ ਅਨਾਉਂਸਮੈਂਟ ਹੋਣ ਵਾਲੀ ਹੈ ਦੇਖੋ ਉਸ ਵਿੱਚ ਕਿਹਾ ਸਬ ਇੰਸਪੈਕਟਰ ਹੈਡ ਕਨਸਟੇਬਲ ਤੇ ਇਸ ਤੋਂ ਇਲਾਵਾ ਆਈਏ ਕਨਸਟੇਬਲ ਇੰਟੈਲੀਜੈਂਟ ਦੀਆਂ ਜਿਹੜੀ ਭਰਤੀ ਸੀ ਉਸ ਦੇ ਐਗਜ਼ਾਮ ਕੰਡਕਟ ਹੋ ਚੁੱਕੇ ਨੇ ਰਿਜ਼ਲਟ ਵੀ ਆ ਜਾਵੇਗਾ ਠੀਕ ਹੈ ਉਸ ਆ ਜਾਵੇਗਾ ਗੱਲ ਬਚੀ ਹੈ ਹੁਣ ਜਿਹੜੀ 7700 ਕਨਸਟੇਬਲ ਦੀ ਭਰਤੀ ਦੀ ਤੇ ਇਹ ਹੁਣ ਸਵਾਲ ਹੈ ਕਦੋਂ ਦੋਸ ਆਪਸ਼ਨ ਨੋਟੀਫਿਕੇਸ਼ਨ ਜਾਰੀ ਹੋਵੇਗਾ ਦੇਖੋ ਇਸ ਸਾਲ ਤਾਂ ਦੇਖੋ ਆਉਂਦੇ ਨਹੀਂ ਕਿਉਂਕਿ ਇਸ ਸਾਲ ਵਿੱਚ ਮੋਸਟਲੀ 2 ਮਹੀਨ ਹੀ ਰਹਿਣੀ ਠੀਕ ਹੈ ਇਸ ਇਸ ਸਾਲ ਦੇ 2022 ਵਿੱਚ ਤਾਂ ਇਹ ਭੁੱਲ ਜੁ 2023 ਦੇ ਜਨਵਰੀ ਤੋਂ ਲੈ ਕੇ ਫਰਵਰੀ ਦੇ ਅੰਦਰ ਅੰਦਰ ਇਹ ਨੋਟੀਫਿਕੇਸ਼ਨ ਵੀ ਜਿਹੜਾ ਆ ਸਕਦਾ ਜਿਸ ਵਿੱਚ ਕੀ ਹੈ ਸਿਰਫ ਕਨਸਟੇਬਲ ਦੀ ਭਰਤੀ ਹੋਵੇਗੀ ਤੇ ਕਾਫੀ ਬੱਚੇ ਵੀ ਹਾਲੇ ਤੱਕ ਪਤਾ ਨਹੀਂ ਹੈ ਕਿ ਕਨਸਟੇਬਲ ਦੀ ਭਰਤੀ ਯਾਨੀ ਐਲੀਜੀਬਿਲਟੀ ਕੀ ਹੋਵੇਗੀ ਸਿਲੈਕਸ਼ਨ ਦਾ ਪ੍ਰੋਸੈਸ ਕੀ ਹੋਵੇਗਾ ਓਕੇ ਇਸ ਵੀਡੀਓ ਵਿੱਚ ਆਪਾਂ ਸਾਰਾ ਕੁਝ ਡਿਸਕਸ ਕਰਾਂਗੇ ਇਸ ਦਾ ਸਿਲੇਬਸ ਕੀ ਹੋਵੇਗਾ ਐਗਜ਼ਾਮ ਕਿਵੇਂ ਹੁੰਦਾ ਤੇ ਬੈਸਟ ਬੁੱਕ ਕਿਹੜੀ ਆ ਇਸ ਤੋਂ ਇਲਾਵਾ ਹਾਈਟ ਕੀ ਹੋਣੀ ਚਾਹੀਦੀ ਹੈ ਤੇ ਚੈਸਟ ਕੀ ਹੋਣੀ ਚਾਹੀਦੀ ਹੈ ਹਨਾ ਸਾਰਾ ਸਿਲੈਕਸ਼ਨ ਪ੍ਰੋਸੈਸ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਦਾਂਗਾ ਜੇ ਤੁਹਾਨੂੰ ਵੀਡੀਓ ਬੈਨੀਫੀਸ਼ੀਅਲ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਸਭ ਤੋਂ ਪਹਿਲਾਂ ਆਪਾਂ एलिਜੀਬਿਲਟੀ ਦੀ ਗੱਲ ਕਰੀਏ ਕਿ ਕਨਸਟੇਬਲ ਦੀ ਪ੍ਰਤੀਯਾਗੀ एलिਜੀਬਿਲਟੀ ਕੀ ਹੋਣੀ ਚਾਹੀਦੀ ਹੈ ਤਾਂ ਨੈਸ਼ਨੈਲਿਟੀ ਸਭ ਤੋਂ ਪਹਿਰੇ ਇੰਡੀਅਨ ਹੋਣਾ ਚਾਹੀਦਾ ਕੋਈ ਵੀ ਕੈਂਡੀਡੇਟ ਜੋ ਅਪਲਾਈ ਕਰ ਰਿਹਾ ਠੀਕ ਆ ਇਸ ਤੋਂ ਇਲਾਵਾ ਏਜ ਲਿਮਿਟ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਠੀਕ ਹੈ ਜਨਰਲ ਕੈ ਅਤੇ 27 ਸਾਲ ਤੋਂ ਨਿਚੇ ਹੋਣਾ ਚਾਹੀਦਾ ਮਤਲਬ 18 ਤੇ 27 ਸਾਲ ਦਾ ਜੋ ਵੀ ਕੈਂਡੀਡੇਟ ਹੈ ਜਨਰਲ ਕੈਟਾਗਰੀ ਦਾ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਤੇ ਇਸ ਤੋਂ ਇਲਾਵਾ ਆਪਾਂ ਏਜ ਰਿਲੇਕਸ਼ਨ ਦੀ ਗੱਲ ਕਰੀਏ ਐਸਸੀਐਸਟੀ ਜਿਹੜੇ ਵੀ ਕੈਂਡੀਡੇਟ ਨੇ ਉਹਨਾਂ ਵਾਸਤੇ 25 ਸਾਲਾਂ ਦੀ ਐਕਸਟਰਾ ਛੋਟ ਮਿਲ ਜਾਂਦੀ ਹੈ ਠੀਕ ਹੈ 27 ਤੇ 33 ਸਾਲ ਦਾ ਐਸਸੀਐਸਟੀ ਕੈਂਡੀਡੇਟ ਫਿਲ ਕਰ ਸਕਦਾ ਇਸ ਪੋਸਟ ਨੂੰ ਓਕੇ ਹੁਣ ਆਪਾਂ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਮਤਲਬ ਜੇ ਕੋਈ ਵੀ ਕੈਂਡੀਡੇਟ ਕਾਂਸਟੇਬਲ ਦੀ ਪੜ੍ਹਤਿ ਵਾਸਤੇ ਅਪਲਾਈ ਕਰਨਾ ਚਾਹੁੰਦਾ ਤਾਂ ਉਸ ਨੂੰ ਕਿੰਨਾ ਪੜ੍ਹਿਆ ਲਿਖਿਆ ਹੋਣਾ ਲਾਜ਼ਮੀ ਹੈ ਦੇਖੋ 10ਵੀਂ ਸੋਰੀ 12ਵੀਂ ਪਾਸ ਕੈਂਡੀਡੇਟ ਪਾ ਜੋ ਕੋਈ ਵੀ ਹੈ ਜਨਰਲ ਐਸਸੀ ਐਸਟੀ ਕੈਂਡੀਡੇਟ ਹੈ ਜੇ 12ਵੀਂ ਪਾਸ ਹੈ ਤਾਂ ਇਸ ਪੋਸਟ ਨੂੰ ਫਿਲ ਕਰਨ ਵਾਸਤੇ ਐਲੀਜੀਬਲ ਹੈ ਠੀਕ ਹੈ ਕੋਈ ਪਰਸੈਂਟੇਜ ਦੀ ਜ਼ਰੂਰਤ ਨਹੀਂ ਜਸਟ 12 ਪਾਸ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਹੜਾ ਵੀ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦਾ ਹੈ ਉਸ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਸਬਜੈਕਟ ਜਿਹੜਾ ਉਹ ਪਾਸ ਹੋਣਾ ਲਾਜ਼ਮੀ ਹੈ ਠੀਕ ਹੈ ਮਤਲਬ ਕਿ 10ਥ ਕਲਾਸ ਹੁੰਦੀ ਹੈ ਜਿਹੜੀ ਉਸ ਵਿੱਚ ਜੱਬੀ ਸਬਜੈਕਟ ਹੋਣਾ ਜ਼ਰੂਰੀ ਹੈ ਓਕੇ ਇਹ ਚੀਜ਼ ਵੀ ਯਾਦ ਰੱਖੋ ਕਾਫੀ ਜ਼ਰੂਰੀ ਚੀਜ਼ ਹੈ ਇਹ ਓਕੇ ਤੇ ਹੁਣ ਫਿਜ਼ੀਕਲ ਸਟੈਂਡਰਡ ਦੀ ਗੱਲ ਕਰੀਏ ਮਤਲਬ ਕਿ ਹਾਈਟ ਕਿੰਨੀ ਹੋਣੀ ਚਾਹੀਦੀ ਹੈ ਜਿਹੜੇ ਕਿ ਮੇਲ ਕੈਂਡੀਡੇਟ ਹੈ ਉਹਨਾਂ ਦੀ ਹਾਈਟ 5 ਫੁੱਟ 7 ਇੰਚ ਹੋਣੀ ਚਾਹੀਦੀ ਹੈ ਠੀਕ ਹੈ ਇਸ ਪੋਸਟ ਨੂੰ ਅਪਲਾਈ ਕਰਨਾ ਤੇ ਜੇ ਫੀਮੇਲ ਅਪਲਾਈ ਕਰਨਾ ਚਾਹੁੰਦੀ ਹੈ ਇਸ ਪੋਸਟ ਨੂੰ ਤਾਂ ਉਸ ਦੀ ਹਾਈਟ ਕਿੰਨੀ 5 ਫੁੱਟ 2 ਇੰਚ ਹੋਣੀ ਚਾਹੀਦੀ ਹੈ ਠੀਕ ਹੈ ਇਹ ਕ੍ਰਾਈਟੇਰੀਆ ਇਸ ਦਾ ਫਿਜ਼ੀਕਲ ਦਾ ਕ੍ਰਾਈਟੇਰੀਆ ਇਸ ਤੋਂ ਬਾਅਦ ਸੈLECTION ਪ੍ਰੋਸੈਸ ਦੀ ਗੱਲ ਕਰ ਲਈਏ ਦੇਖੋ ਸਭ ਤੋਂ ਪਹਿਲਾ ਸਟੇ ਅਤੇ ਕੀ OMR ਸ਼ੀਟ ਵੇਸਟ ਐਗਜ਼ਾਮ ਹੁੰਦਾ ਆਫਲਾਈਨ ਐਗਜ਼ਾਮ ਹੁੰਦਾ OMR ਤੇ ਕਿਵੇਂ ਐਗਜ਼ਾਮ ਹੁੰਦਾ ਇਸ ਦੇ ਰਿਗਾਰਡਿੰਗ ਤੁਹਾਨੂੰ ਪਹਿਲਾਂ ਇਹ ਇੱਕ ਵੀਡੀਓ ਪ੍ਰੋਵਾਈਡ ਕਰਵਾ ਦਿੱਤੀ ਹੈ YouTube ਤੇ ਸਰਚ ਕਰੋਗੇ OMR ਸ਼ੀਟ ਬਾਈ ਮੰਨੂ ਮਾਡਲ ਲਿਖ ਕੇ ਤਾਂ इजीली ਤੁਹਾਨੂੰ ਉਹ ਵੀਡੀਓ ਮਿਲ ਜਾਵੇਗੀ ਉਹ ਵੀਡੀਓ ਦੇਖ ਲਿਓ ਚੰਗੀ ਤਰ੍ਹਾਂ ਸਮਝ ਲਓ ਕਿ OMR ਸ਼ੀਟ ਤੇ ਕਿਵੇਂ ਐਗਜ਼ਾਮ ਹੁੰਦਾ ਠੀਕ ਹੈ ਜਦੋਂ ਇਹ ਆਪਾਂ ਕੁਆਲੀਫਾਈ ਕਰ ਲਿਨੀਏ ਪਾਸ ਕਰ ਲਿਨੀਏ ਇਸ ਨੂੰ ਉਸ ਤੋਂ ਬਾਅਦ ਕੀ ਹੁੰਦਾ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਠੀਕ ਹੈ ਆਪਣੇ origignal ਡਾਕੂਮੈਂਟ ਦਿਖਾ ਕੇ ਆਉਣੇ ਹੁੰਦੇ ਨੇ ਇਸ ਤੋਂ ਬਾਅਦ ਕੀ ਹੈ ਫਿਜ਼ੀਕਲ ਮੈਜ਼ੂਰਮੈਂਟ ਹੁੰਦਾ ਆਪਣੀ ਹਾਈਟ ਚੈੱਕ ਕੀਤੀ ਜਾਂਦੀ ਆਪਾਂ ਐਲੀਜੀਬਲ ਹਾਂ ਜਾਂ ਨਹੀਂ ਇਸ ਤੋਂ ਬਾਅਦ ਫਿਜ਼ੀਕਲ ਸਕਰੀਨਿੰਗ ਟੈਸਟ ਹੁੰਦਾ ਰਨਿੰਗ ਲੌਂਗ ਜੰਪ ਤੇ ਹਾਈ ਜੰਪ ਠੀਕ ਹੈ ਉਸ ਬਾਰੇ ਵੀ ਆਪਾਂ ਅੱਗੇ ਗੱਲ ਕਰਦੇ ਆਂ ਤੇ ਸਟੇਜ 1 ਵਿੱਚ ਜਿਹੜਾ ਐਗਜ਼ਾਮ ਹੁੰਦਾ ਠੀਕ ਹੈ ਉਸ ਦਾ ਸਿਲੇਬਸ ਬਾਰੇ ਵੀ ਡਿਸਕਸ ਕਰ ਲਓ ਮਤਲਬ ਕਿ ਨੋਟ ਕਰ ਲਓ ਜੇ ਇਸ ਸਿਲੇਬਸ ਦੀ ਤਿਆਰੀ ਤੁਸੀਂ ਅੱਜ ਤੋਂ ਕਰਨਾ ਸਟਾਰਟ ਕਰੋਗੇ ਤਾਂ ਹੀ ਐਗਜ਼ਾਮ ਦਾ ਕੁਆਲੀਫਾਈ ਹੋਵੇਗਾ ਠੀਕ ਹੈ ਜਨਰਲ ਅਵੇਅਰਨੈਸ ਅਵੇਅਰਨੈਸ ਅਨ ਰਿਗਾਰਡਿੰਗ ਕੁਐਸਚਨ ਪੁੱਛੇ ਜਾਂਦੇ ਨੇ ਕਿੰਨੇ ਕੁਐਸਚਨ ਹੁੰਦੇ ਨੇ 35 ਤੇ ਇਸ ਵਿੱਚ ਇਹ ਸਾਰੇ ਟੌਪਿਕਸ ਆਉਂਦੇ ਨੇ ਜਨਰਲ ਅਵੇਅਰਨੈਸ ਵਿੱਚ ਸਾਰੇ ਇਹ ਕਵਰ ਅਪ ਕਰ ਲੋ ਜੇ ਇਗਜ਼ਾਮ ਕੁਆਲੀਫਾਈ ਕਰਨਾ ਹੈ ਤਾਂ ਤੇ ਇਹਨਾਂ ਦੇ ਰਿਗਾਰਡਿੰਗ ਮੈਂ ਆਲਰੇਡੀ ਆਪਣੇ ਚੈਨਲ ਤੇ ਵੀ ਕਲਾਸਿਸ ਤੁਹਾਨੂੰ ਬਹੁਤ ਪ੍ਰੋਵਾਈਡ ਕਰਾਈ ਆ ਮਤਲਬ ਕਿ ਕੌਸਟੇਬਲ ਦਾ ਆਲ ਟੌਪਿਕਸ ਨੇ ਮੈਥ ਰੀਜ਼ਨਿੰਗ ਨੂੰ ਛੱਡ ਕੇ ਬਾਕੀ ਜੀਕੇ ਜਨਰਲ ਅਵੇਅਰਨੈਸ ਡਿਜੀਟਲ ਲਿਟਰੇਸੀ ਕੰਪਿਊਟਰ ਸਾਰੀ ਹੀ ਕਲਾਸਿਸ ਮੈਂ ਤੁਹਾਨੂੰ ਆਲਰੇਡੀ ਆਪਣੇ ਚੈਨਲ ਤੇ ਪ੍ਰੋਵਾਈਡ ਕਰਵਾਈ ਹੋਈ ਆ ਠੀਕ ਹੈ ਇਸ ਤੋਂ ਇਲਾਵਾ ਮੈਥ ਮੈਥ ਦੇ ਇਹ ਟੌਪਿਕ ਆਉਂਦੇ ਨੇ ਇਗਜ਼ਾਮ ਵਿੱਚ ਠੀਕ ਹੈ ਯਾਦ ਰੱਖਿਓ 20 ਨੰਬਰਾਂ ਦਾ ਮੈਥ ਹੁੰਦਾ ਇਸ ਤੋਂ ਟੋਪਿਕ ਨੇ ਤੁਹਾਡੇ ਸਾਹਮਣੇ ਆ ਰਾਈਟ ਡਾਊਨ ਕਰੋ ਜਾਂ ਸਕਰੀਨਸ਼ਾਟ ਲੈ ਲਓ ਇਸ ਦੇ ਬੀ ਨੰਬਰਾਂ ਦਾ ਜਿਹੜਾ ਇਹ ਪੈਂਦਾ ਇਸ ਤੋਂ ਇਲਾਵਾ ਇੰਗਲਿਸ਼ ਦੇ ਰਿਗਾਰਡਿੰਗ ਵੀ ਕੁਐਸਚਨ ਪੁੱਛੇ ਜਾਂਦੇ ਨੇ ਇਹ ਟੋਪਿਕ ਆਪਾਂ ਇੱਥੇ ਚੈੱਕ ਕਰ ਸਕਦੇ ਹਾਂ ਇਸ ਦਾ ਸਕਰੀਨਸ਼ਾਟ ਲੈ ਲਓ ਤੁਸੀਂ ਇੱਥੇ 10 ਨੰਬਰਾਂ ਦੀ ਇੰਗਲਿਸ਼ ਆਉਂਦੀ ਇਸ ਤੋਂ ਇਲਾਵਾ ਪੰਜਾਬੀ ਡਿਜੀਟਲ ਲਿਟਰੇਸੀ ਡਿਜੀਟਲ ਲਿਟਰੇਸੀ ਯਾਨੀ ਕੰਪਿਊਟਰ ਹੈ ਦੋਸਤੋ ਇਹ ਇਸ ਦੇ ਰਿਗਾਰਡਿੰਗ ਸਾਰੇ ਹੀ ਕਲਾਸਿਸ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਵੇਗੀ ਓਕੇ ਜੇ ਸਿਲੇਬਸ ਹੈ ਜੇ ਇਸ ਸਿਲੇਬਸ ਦੇ ਰਿਗਾਰਡਿੰਗ ਤੁਸੀਂ ਬੈਸਟ ਬੁੱਕ ਫਾਈਂਡ ਕਰ ਰਹੇ ਹੋ ਤਾਂ ਇਸ ਬ ਜਿਹੜੀ ਬੁੱਕ ਹੈ ਕਨਸਟੇਬਲ ਦੀ ਉਸ ਦਾ ਲਿੰਕ ਵੀ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਚੁੱਪਚਾਪ ਉਹ ਬੁੱਕ ਬਾਈ ਕਰ ਲਓ ਤੇ ਆਪਣੇ ਐਗਜ਼ਾਮ ਦੀ ਤਿਆਰੀ ਸਟਾਰਟ ਕਰ ਦਿਓ ਬੁੱਕ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਲਿੰਕ ਤੇ ਕਲਿੱਕ ਕਰੋ Amazon ਤੇ ਜਾ ਕੇ ਕੈਸ਼ ਔਨ ਡਿਲੀਵਰੀ ਤੇ ਇਸ ਬੁੱਕ ਨੂੰ ਆਰਡਰ ਕਰ ਲਓ ਇਹ ਜਿਹੜਾ ਇਹ ਟੈਸਟ ਹੁੰਦਾ 2 ਘੰਟੇ ਦਾ ਟਾਈਮ ਹੁੰਦਾ ਦੋਸਤੋ ਆਪਣੇ ਕੋਲ 2 ਘੰਟਿਆਂ ਦੇ ਅੰਦਰ ਅੰਦਰ ਇਹ ਟੈਸਟ ਕਵਰ ਅਪ ਕਰਨਾ ਹੁੰਦਾ ਹੈ ਇਸ ਤੋਂ ਇਲਾਵਾ ਟੋਟਲ ਕਿੰਨੇ ਕੁਐਸਚਨ ਹੁੰਦੇ ਨੇ 100 ਕੁਐਸਚਨ ਹੁੰਦੇ ਨੇ ਤੇ 100 ਨੰਬਰ ਹੀ ਮਿਲਦੇ ਨੇ ਇੱਕ ਹੋਰ ਮੇਨ ਪੁਆਇੰਟ ਤੁਸੀਂ ਯਾਦ ਰੱਖੋ 네ਗੇਟਿਵ ਮਾਰਕਿੰਗ ਵੀ ਇਸ ਵਿੱਚ ਹੁੰਦੀ ਹੈ 네ਗੇਟਿਵ ਮਾਰਕਿੰਗ ਦਾ ਮਤਲਬ ਕੀ ਹੈ ਜੇ ਤੁਹਾਡੇ ਚਾਰ ਸਵਾਲ ਗਲਤ ਹੈ ਤਾਂ ਇੱਕ ਨੰਬਰ ਉਸ ਦਾ ਕੱਟਿਆ ਜਾਵੇਗਾ ਠੀਕ ਹੈ ਮਾਈਨਸ ਹੋ ਜਾਵੇਗਾ ਇੱਕ ਨੰਬਰ ਇਹ ਚੀਜ਼ ਵੀ ਯਾਦ ਰੱਖੋ ਇਸ ਤੋਂ ਬਾਅਦ ਨਾਰਮਲਾਈਜੇਸ਼ਨ ਇਹ ਵੀ ਆਪਾਂ ਚਲੋ ਬਾਅਦ ਵਿੱਚ ਗੱਲ ਕਰ ਲਾਂਗੇ ਪਹਿਲਾਂ ਤੁਹਾਨੂੰ ਮੇਨ ਮੇਨ ਐਗਜ਼ਾਮ ਕੁਆਲੀਫਾਈ ਕਰਨ ਦੀ ਸਟ੍ਰੈਟਜੀ ਆਪਾਂ ਸਮਝ ਲੈਣੀ ਹੈ ਤੇ ਹੁਣ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਕਿ ਫਿਜ਼ੀਕਲ ਟੈਸਟ ਹੁੰਦਾ ਹੈ ਉਹ ਮੇਲ ਕੈਂਡੀਡੇਟ ਲਈ ਕੀ ਹੈ ਤੇ ਫੀਮੇਲ ਕੈਂਡੀਡੇਟ ਲਈ ਕੀ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਮੇਲ ਕੈਂਡੀਡੇਟ ਦੀ ਤਾਂ 1600 ਮੀਟਰ ਰੇਸ ਹੁੰਦੀ ਹੈ 6 ਮਿੰਟ 30 ਸੈਕਿੰਡ ਵਿੱਚ ਕੱਢਣੀ ਆ ਓਨਲੀ ਇੱਕ ਚਾਂਸ ਮਿਲਦਾ ਓਕੇ ਇਸ ਸਰਵਾਂ ਲੌਂਗ ਜੰਪ ਹੁੰਦੀ ਹੈ 3.80 ਮੀਟਰ ਦੀ ਲੌਂਗ ਜੰਪ ਹੁੰਦੀ ਹੈ ਤੇ ਇਸ ਤੇ ਤਿੰਨ ਚਾਂਸ ਮਿਲਦੇ ਨੇ ਇਸ ਸਰਵਾਂ ਹਾਈ ਜੰਪ ਹੁੰਦੀ ਹੈ 1.10 ਮੀਟਰ ਦੀ ਇਸ ਤੇ ਵੀ ਤਿੰਨ ਚਾਂਸ ਮਿਲਦੇ ਨੇ ਓਕੇ ਐਂਡ ਫੀਮੇਲ ਕੈਂਡੀਡੇਟ ਦੀ ਗੱਲ ਕਰੀਏ ਫੀਮੇਲ ਕੈਂਡੀਡੇਟ ਵਾਸਤੇ ਅੱਤਪਾ ਚੈੱਕ ਕਰ ਸਕਦੇ ਆ 100 ਮੀਟਰ ਰੇਸ ਹੈ 4 ਮਿੰਟ 30 ਸਕਿੰਡ ਦੇ ਅੰਦਰ ਅੰਦਰ ਕੱਢਣੀ ਹੈ ਤੇ ਇੱਕ ਚਾਂਸ ਮਿਲਦਾ ਇਸ ਤੋਂ ਇਲਾਵਾ ਲੌਂਗ ਜੰਪ ਹੈ ਜਿਹੜੀ 3 ਮੀਟਰ ਦੀ ਹੈ ਇਸੇ ਤੋਂ ਤੁਹਾਨੂੰ ਤਿੰਨ ਚਾਂਸ ਮਿਲਣਗੇ ਤੇ ਸੋਲਾਵਾਂ ਹਾਈ ਜੰਪ ਹੈ ਜਿਹੜੀ 0.99 ਮੀਟਰ ਦੀ ਹੈ ਇਸ ਦੇ ਵੀ ਤੁਹਾਨੂੰ ਤਿੰਨ ਚਾਂਸ ਮਿਲਣਗੇ ਓਕੇ ਇਹ ਫੀਮੇਲ ਦੀ ਹੈ ਓਕੇ ਦੋਸਤੋ ਉਮੀਦ ਹੈ ਤੁਹਾਨੂੰ ਪੂਰਾ ਪ੍ਰੋਸੈਸ ਸਮਝ ਆ ਗਿਆ ਹੋਗਾ ਜੇ ਹਲੇ ਵੀ ਕੋਈ ਡਾਊਟ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਮੈਥੋਂ ਪੁੱਛ ਸਕਦੇ ਹੋ